ਧਰਨੇ ਤੇ ਬੈਠੇ ਕਿਸਾਨਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ। 29 ਕਿਸਾਨ ਜਥੇਬੰਦੀਆਂ ਦੁਆਰਾ ਮਾਨਸਾ ਵਿੱਚ ਰੇਲ ਰਸਤਾ ਉੱਤੇ ਧਰਨਾ 18ਵੇਂ ਦਿਨ ਵੀ ਜਾਰੀ ਰਿਹਾ। ਕੇਂਦਰ ਸਰਕਾਰ ਵੱਲੋਂ 3 ਕਾਨੂੰਨ ਵਾਪਸ ਲੈਣ ਦੀ ਕੀਤੀ ਜਾ ਰਹੀ ਮੰਗ ਕਿਸਾਨਾਂ ਨੇ। ਪੰਜਾਬ ਸਰਕਾਰ ਵੱਲੋਂ ਧਰਨੇ ਵਿੱਚ ਆਪਣੀ ਜਾਨ ਖੋ ਦੇਣ ਵਾਲੀ ਔਰਤ ਅਤੇ 1 ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਹੋਰ ਸੁਵਿਧਾਵਾਂ ਦੇਣ ਦੀ ਮੰਗ ਕੀਤੀ ਹੈ। ਉੱਥੇ ਹੀ ਮੌਜੂਦ ਕਿਸਾਨਾਂ ਨੇ ਮ੍ਰਿਤਕ ਕਿਸਾਨਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਵੀ ਭੇਂਟ ਕੀਤੀ। ਜਿਹੜੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਰੇਲਵੇ ਟਰੈਕਾਂ ਦੇ ਉੱਪਰ ਆ ਕੇ ਸਰਕਾਰ ਦੇ ਕੇਂਦਰ ਸਰਕਾਰ ਦੇ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਹੇ ਨੇ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਕਿਸਾਨ ਨੇ ਪੰਜਾਬ ਦੇ ਵਿੱਚ ਸ਼ਹੀਦ ਹੋ ਰਹੇ ਨੇ। ਮਾਨਸਾ ਜ਼ਿਲ੍ਹੇ ਦੇ ਵਿੱਚ ਵੀ 2 ਪਿਛਲੇ ਦਿਨੀ, ਇੱਕ ਮਾਤਾ ਤੇਜ਼ ਕੌਰ ਅਤੇ ਇੱਕ ਜਗਰਾਜ ਸਿੰਘ ਗੜੱਦੀ ਤੋਂ ਸ਼ਹੀਦ ਹੋਏ ਨੇ। ਅਸੀਂ ਮੰਗ ਕਰਦੇ ਹਾਂ ਵੀ ਜਿਵੇਂ ਪਹਿਲਾਂ ਤੋਂ ਸਾਡਾ ਚੱਲਦਾ ਆ ਰਿਹਾ ਵੀ ਜੇ ਕੋਈ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੁੰਦਾ ਤਾਂ ਉਸ ਦੇ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਅਤੇ ਉਹਦੇ ਸਿਰ ਜਿਹੜਾ ਚੜ੍ਹਿਆ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਉਹ ਮਾਫ ਅਤੇ ਨਾਲ ਉਹਦੇ ਪਰਿਵਾਰ ਦੇ 1 ਜੀ ਨੂੰ ਜਿਹੜੀ ਨੌਕਰੀ ਆ ਉਹ ਦਿੱਤੀ ਜਾਣੀ ਬਣਦੀ ਹੈ। ਅਸੀਂ ਵੀ ਅੱਜ ਇਸ ਦੇ ਮਾਮਲੇ ਦੇ ਉੱਪਰ, ਜਿਹੜੇ ਕੱਲ੍ਹ ਸਾਡੇ ਇੱਥੇ ਜਗਰਾਜ ਸਿੰਘ ਦੀ ਡੈਥ ਹੋਈ ਹੈ ਉਹਦੇ ਸੰਬੰਧ ਦੇ ਵਿੱਚ 5 ਮੈਂਬਰੀ ਕਮੇਟੀ ਬਣਾਈ ਹੈ ਤਾਂ ਕਿ ਜਿਹੜਾ ਇਸ ਮਸਲੇ ਨੂੰ ਗੱਲਬਾਤ ਦੇ ਲਈ ਨਾਲ ਨਜਿੱਠਿਆ ਜਾ ਸਕੇ। ਅਤੇ ਉਹ ਕਮੇਟੀ ਸਾਡੀ ਜਿਹੜੀ DC ਨਾਲ ਆਪਣਾ ਗੱਲਬਾਤ ਵੀ ਕਰਨ ਗਈ ਹੋਈ ਹੈ। ਅਸੀਂ ਚਾਹੁੰਦੇ ਹਾਂ ਵੀ ਸਾਡਾ ਇਹ ਅੰਦੋਲਨ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਿਹਾ ਇਹ ਕੇਂਦਰ ਸਰਕਾਰ ਨਾਲ ਬਾਲੀ ਸਿਹਤ ਰਹੇ। ਪੰਜਾਬ ਸਰਕਾਰ ਜਿਹਨਾਂ ਐਜੀਟੇਸ਼ਨਾਂ ਦੇ ਨਿਸ਼ਾਨੇ ਤੋਂ ਬਚਣਾ ਚਾਹੁੰਦੀ ਹੈ ਤਾਂ ਜਿਹੜੀਆਂ ਐਜੀਟੇਸ਼ਨਾਂ ਦੇ ਵਿੱਚ ਮੌਤਾਂ ਹੁੰਦੀਆਂ ਉਹ ਮੰਗਾਂ ਜਿਹੜੀਆਂ ਕਿਸਾਨ ਰੱਖ ਰਹੇ ਨੇ ਉਹਨਾਂ ਨੂੰ ਪੂਰੀਆਂ ਕਰਨਾ ਕੀਤਾ ਜਾਵੇ। ਪੂਰੇ ਪੰਜਾਬ ਦੇ ਵਿੱਚ ਜੀ ਮਤਲਬ ਬੰਦ ਹੋਇਆ ਪਹਿਲਾਂ 25 ਨੂੰ, ਫਿਰ 20 ਦਿਨ ਹੋ ਗਏ ਲਗਾਤਾਰ ਰੇਲ ਦੀਆਂ ਲਾਈਨਾਂ 'ਤੇ ਬੈਠੇ ਨੂੰ, ਰਿਲਾਇੰਸ ਦੇ ਪੰਪਾਂ 'ਤੇ ਬੈਠਿਆਂ ਨੂੰ, ਸ਼ਹਿਰਾਂ 'ਚ BJP ਦੇ ਘਰਾਂ ਨੂੰ ਘੇਰਿਆ ਹੋਇਆ। ਪਰ ਸਰਕਾਰ ਜਿਹੜੀ ਇਕੱਲਾ ਸੀ ਕਿਸਾਨ ਵਿਰੋਧੀ ਨਹੀਂ, ਪੂਰੇ ਪੰਜਾਬ ਦੇ ਅਤੇ ਪੂਰੇ ਸਮੁੱਚੇ ਹਿੰਦੁਸਤਾਨ ਦੇ ਕਿਸਾਨਾਂ ਦੇ ਵਿਰੋਧੀ ਇਹ ਜਿਹੜਾ ਬਿੱਲ ਕਾਨੂੰਨ ਪਾਸ ਕੀਤਾ ਇਹ ਅਸੀਂ ਕਹਿੰਦੇ ਪੂਰੀ ਰੀੜ੍ਹ ਦੀ ਹੱਡੀ ਤੋੜਨ ਵਾਲਾ। ਅਤੇ ਇਸ ਬਿੱਲ ਰਾਹੀਂ ਮੋਦੀ ਸਰਕਾਰ ਪੂਰੇ ਪੰਜਾਬ ਦੇ ਜਿਹੜੀਆਂ ਜ਼ਮੀਨਾਂ ਨੇ ਉਹ ਕਾਰਪੋਰੇਟ ਘਰਾਣਿਆਂ ਨੂੰ ਸਮਾਉਣੀਆਂ ਚਾਹੁੰਦੀਆਂ ਨੇ। ਇਕੱਲਾ ਕੱਲ੍ਹ ਗੜੱਦੀ ਤੋਂ ਸਾਡਾ ਕਿਸਾਨ ਸ਼ਹੀਦ ਨਹੀਂ ਹੋਇਆ, ਇੱਥੇ ਰੇਲਵੇ ਲਾਈਨ 'ਤੇ ਬੈਠਾ ਹੋਇਆ। ਪਹਿਲਾਂ ਬੁਲਾਡੇ ਦੇ ਵਿੱਚ ਇੱਕ ਮਾਤਾ ਸਾਡੀ ਦਮ ਤੋੜ ਚੁੱਕੀ ਹੈ ਸੰਘਰਸ਼ ਦੇ ਵਿੱਚ, ਉਹਦੀ ਲਾਸ਼ ਹਲੇ ਵੀ ਮਤਲਬ ਡੈੱਡ ਬੋਡੀ ਪਈ ਹੋਈ ਹੈ। ਸਰਕਾਰ ਦੀ ਕੰਨ ਦੇ ਉੱਤੇ ਕੋਈ ਜੂਸ ਨਹੀਂ ਸਰਕ ਰਹੀ, 2.5 ਲੱਖ ਕਿਸਾਨ ਖੁਦਕੁਸ਼ੀਆਂ ਕਰ ਚੁੱਕਿਆ। ਮਤਲਬ ਇਹਨਾਂ ਨੂੰ ਸਿਰਫ ਰਿਲਾਇੰਸ ਅਡਾਨੀ ਅੰਬਾਨੀ ਤੋਂ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ। ਅਸੀਂ ਕਹਿੰਦੇ ਹਾਂ ਵੀ ਇਹ ਕਾਨੂੰਨ ਰੱਦ ਕਰਕੇ ਜਦੋਂ ਸਮੁੱਚੇ ਪੰਜਾਬ ਦੇ ਕਿਸਾਨਾਂ ਦੇ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿਰੋਧੀ ਨੇ 5 ਨਵੰਬਰ ਨੂੰ ਪੂਰੇ ਹਿੰਦੁਸਤਾਨ ਦੇ ਕਿਸਾਨ ਸੜਕਾਂ ਦੇ ਉੱਤੇ ਜਾਮ ਲਾਉਣਗੇ। ਇਸ ਲਈ ਇਹ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਬਣ ਚੁੱਕਿਆ। ਮੋਦੀ ਨੂੰ ਵੀ ਇਹ ਮਤਲਬ ਰੱਦ ਕਰਨਾ ਚਾਹੀਦਾ। ਇਹ ਜਿਹੜੇ ਖੇਤੀ ਕਾਨੂੰਨ ਸਰਕਾਰ ਨੇ ਬਣਾਏ ਨੇ, ਜਿਹੜੇ ਪ੍ਰਚਾਰਿਆ ਇਹ ਜਾ ਰਿਹਾ ਭਾਜਪਾ ਗੌਰਮੈਂਟ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਕਿ ਇਹ ਲੋਕਾਂ ਦੇ ਹਿੱਤ 'ਚ ਨੇ, ਇਹ ਲੋਕਾਂ ਨੂੰ ਇਹਨਾਂ ਦਾ ਫਾਇਦਾ ਹੋਣਾ, ਇਹਦੇ ਨਾਲ ਮਾਰਕੀਟਿੰਗ ਵਧਣੀ ਹੈ। ਪਰ ਇਸ ਦੇ ਉਲਟ ਜਿਹੜੇ ਇਹ ਕਾਨੂੰਨ ਨੇ ਬਹੁਤ ਹੀ ਖਤਰਨਾਕ ਕਾਨੂੰਨ ਨੇ। ਇਹ ਇਕੱਲੇ ਕਿਸਾਨਾਂ ਦੇ ਵਿਰੋਧੀ ਨਹੀਂ, ਵਪਾਰੀਆਂ ਦੇ ਵਿਰੋਧੀ ਹੈ, ਛੋਟੇ ਕਾਰੋਬਾਰੀਆਂ ਦੇ ਵਿਰੋਧੀ ਹੈ, ਮੱਧ ਵਰਗ ਦੇ ਵਿਰੋਧੀ ਹੈ। ਹਰ ਇੱਕ ਵਰਗ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਘਾਟਾ ਪੈਣ ਵਾਲਾ ਹੈ। ਖਾਸ ਕਰਕੇ ਹਰਿਆਣਾ ਅਤੇ ਪੰਜਾਬ ਦੀ ਜੇ ਅਸੀਂ ਗੱਲ ਕਰੀਏ, ਇੱਥੋਂ ਦੇ ਕਿਸਾਨਾਂ ਨੂੰ, ਇੱਥੋਂ ਦੇ ਕਾਰੋਬਾਰੀਆਂ ਨੂੰ ਬਹੁਤ ਵੱਡਾ ਘਾਟਾ ਪੈਣਾ ਹੈ। ਇਸ ਕਰਕੇ ਇਸ ਕਾਨੂੰਨ ਦੇ ਖਿਲਾਫ ਜਿਹੜਾ ਇਹ ਸਾਂਝੇ ਤੌਰ ਦੇ ਉੱਤੇ ਜਿਹੜੀ ਇਹ ਮੁਹਿੰਮ ਵਿੱਢੀ ਹੈ, ਜਿਹੜੀ ਇਹ ਧਰਨਾ ਧਰਨੇ ਵਿੱਢੇ ਨੇ ਸਮੁੱਚੇ ਪੰਜਾਬ ਦੇ ਵਿੱਚ, ਇਹਦੇ ਅਸੀਂ ਹਮਾਇਤੀ ਵੀ ਹਾਂ। ਅਸੀਂ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਹਰ ਥਾਂ ਦੇ ਉੱਤੇ ਮੁੱਢਲੀਆਂ ਸਿਹਤ ਸੇਵਾਵਾਂ ਵੀ ਦੇ ਰਹੇ ਹਾਂ।